ਸਾਡੀ ਪਾਰਟੀ ਬਾਰੇ ਵੀ ਤੁਹਾਡੇ ਕੋਲੇ ਕੀ ਹੈ, ਬਾਕੀ ਪਾਰਟੀਆਂ ਕੋਲ ਤਾਂ ਪੈਸਾ ਬਹੁਤ ਹੈ, ਉਹ ਪੈਸੇ ਨਾਲ ਚੋਣਾਂ ਲੜ ਲੈਣਗੇ, ਉਹਨਾਂ ਕੋਲੇ ਸੰਗਠਨ ਬਹੁਤ ਵੱਡਾ ਹੈ, ਉਹ ਸੰਗਠਨ ਨਾਲ ਚੋਣਾਂ ਲੜ ਲੈਣਗੇ, ਉਹਨਾਂ ਕੋਲੇ ਕੀ ਹੈ, ਤੁਹਾਡੇ ਕੋਲ ਤਾਂ ਕੁਛ ਵੀ ਨਹੀਂ ਹੈਗਾ। ਫਿਰ ਮੈਂ ਕਹਿ ਦਿੰਦਾ ਹੁੰਦਾ, ਉੱਥੇ ਐਗਜ਼ਾਮਪਲ ਦਿੰਦਾ ਹੁੰਦਾ ਕਿ ਜੋ ਸਾਡੇ ਕੋਲ ਹੈ ਨਾ ਉਹ ਕਿਸੇ ਕੋਲ ਵੀ ਨਹੀਂ ਹੈਗਾ। ਤਾਂ ਗੁਰੂ ਸਾਹਿਬ ਉਦਾਸੀਆਂ ਤੇ ਸੱਚ ਦਾ ਹੋਕਾ ਦਿੰਦੇ ਫਿਰਦੇ ਸੀ। ਕਿਸੇ ਪਿੰਡ ਦੀ ਜੂਹ ਤੇ ਠਹਿਰੇ ਤੇ ਰਬਾਬ ਛੇੜੀ ਬਾਬਾ ਮਰਦਾਨਾ ਨੇ, ਗੁਰੂ ਸਾਹਿਬ ਨੇ ਬਾਣੀ ਉਚਰੀ, ਤਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਪਿੰਡ ਦੀ ਜੂਹ ਤੇ ਕੋਈ ਰੱਬ ਦਾ ਬੰਦਾ ਆ ਗਿਆ, ਫਕੀਰ ਆ ਗਿਆ, ਕੋਈ ਸਿੱਧੀ ਰੱਬ ਨਾਲ ਹੈ, ਕਿਸਮਤਾਂ ਪਲਟ ਦੂ, ਸਤਸੰਗ ਕਰ ਲਈਏ। ਲੋਕ ਚਲੇ ਗਏ ਤਾਂ ਗੁਰੂ ਸਾਹਿਬ ਨੇ ਪੁੱਛਿਆ, ਭਾਈ ਤੁਸੀਂ ਕਿੱਧਰ? ਕਹਿੰਦੇ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ। ਤਾਂ ਗੁਰੂ ਸਾਹਿਬ ਕਹਿੰਦੇ, ਭਾਈ ਸਾਡੇ ਰਾਹ ਔਖੇ ਨੇ, ਸੱਚ ਵਾਲੇ ਰਾਹ ਨੇ, ਸੱਚ ਦੇ ਰਾਹਾਂ ਦੇ ਪਾਂਧੀ ਆ, ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਨਾਲ। ਉਹ ਕਹਿੰਦੇ ਨਹੀਂ ਜੀ ਚੱਲਾਂਗੇ। ਕਹਿੰਦੇ ਚਲੋ ਆ ਜਾਓ। ਤੁਰੇ ਗਏ, ਤੁਰੇ ਗਏ, ਤੁਰੇ ਗਏ, ਅੱਗੇ ਨਾ ਚਾਂਦੀ ਦੇ ਢੇਰ ਆ ਗਏ ਜੀ। ਇੱਧਰ ਵੀ ਚਾਂਦੀ, ਇੱਧਰ ਵੀ ਚਾਂਦੀ, ਢੇਰ ਵੱਡੇ ਵੱਡੇ। ਜਿਹਨਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ, ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ, ਇੰਨੇ ਚਿਰ ਚ ਕੰਮ ਬਣ ਗਿਆ ਆਪਣਾ। ਉਹ ਤਾਂ ਚਲੇ ਗਏ ਜੀ ਵਾਪਸ, ਕਾਫਲਾ ਅੱਧਾ ਰਹਿ ਗਿਆ। ਗੁਰੂ ਸਾਹਿਬ ਕਹਿੰਦੇ, ਭਾਈ ਤੁਸੀਂ? ਕਹਿੰਦੇ ਨਾ, ਅਸੀਂ ਨਹੀਂ ਚਾਂਦੀ ਵਾਲੇ, ਨਾਲ ਜਾਵਾਂਗੇ। ਗੁਰੂ ਸਾਹਿਬ ਕਹਿੰਦੇ, ਭਾਈ ਰਸਤਾ ਔਖਾ ਆ ਸਕਦਾ। ਕਹਿੰਦੇ ਨਹੀਂ ਆਉਣ ਦੋ। ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਜੀ। ਜਿਹਨਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੂੰ ਸੋਨਾ ਚੱਕਿਆ, ਕਹਿੰਦੇ ਲੈ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ, ਉਹ ਪਹਿਲੀ ਮੁੜ ਗਏ, ਆਪਾਂ ਥੋੜ੍ਹਾ ਜਿਹਾ ਸਬਰ ਕਰਕੇ ਚੱਲ ਸੋਨਾ ਮਿਲ ਗਿਆ। ਬੰਦੇ ਹੀ ਦਾਸ ਰਹਿ ਗਏ ਜੀ। ਗੁਰੂ ਸਾਹਿਬ ਕਹਿੰਦੇ, ਭਾਈ ਤੁਸੀਂ? ਕਹਿੰਦੇ ਨਾ ਜੀ, ਅਸੀਂ ਸੋਨੇ ਚਾਂਦੀ ਵਾਲੇ ਨਹੀਂ, ਅਸੀਂ ਤਾਂ ਨਾਲ ਤੁਰਾਂਗੇ। ਤਾਂ ਗੁਰੂ ਸਾਹਿਬ ਕਹਿੰਦੇ, ਭਾਈ ਰਸਤੇ ਔਖੇ ਆ ਸਕਦੇ। ਕਹਿੰਦੇ ਆ ਜਾਣ। ਤੁਰੇ ਗਏ ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ। ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ, ਕਹਿੰਦੇ ਲੈ ਆਪਾਂ ਦੋਨਾਂ ਨਾਲ ਹੀ ਵਧੀਆ ਰਹਿ ਗਏ, ਸੋਨੇ ਚਾਂਦੀ ਵਾਲੇ ਨਾਲੋਂ। ਉਹ ਵੀ ਘਰ ਨੂੰ ਮੁੜ ਗਏ, ਰਹਿ ਗਿਆ ਇਕੱਲਾ ਬਾਬਾ ਮਰਦਾਨਾ। ਤਾਂ ਗੁਰੂ ਸਾਹਿਬ ਨੇ ਪੁੱਛਿਆ, ਭਾਈ ਮਰਦਾਨਿਆ ਤੂੰ? ਤਾਂ ਬਾਬਾ ਮਰਦਾਨਾ ਕਹਿੰਦਾ, ਗੁਰੂ ਜੀ ਮੈਂ ਨਹੀਂ ਜਾਂਦਾ, ਮੈਂ ਤਾਂ ਅਮੀਰ ਹਾਂ, ਮੈਂ ਤਾਂ ਉਹਨਾਂ ਨਾਲੋਂ ਅਮੀਰ ਹਾਂ, ਮੈਂ ਨਹੀਂ ਜਾਂਦਾ, ਮੈਂ ਤੁਹਾਡੇ ਨਾਲ ਹੀ ਚੱਲੂ। ਤਾਂ ਗੁਰੂ ਸਾਹਿਬ ਕਹਿੰਦੇ, ਮਰਦਾਨਿਆ ਨਾ ਤੇਰੇ ਕੋਲ ਸੋਨਾ ਹੈ, ਨਾ ਚਾਂਦੀ ਹੈ, ਨਾ ਹੀਰੇ, ਨਾ ਮੋਤੀ, ਤੂੰ ਫਿਰ ਅਮੀਰ ਕਿਵੇਂ ਹੈ ਉਹਨਾਂ ਨਾਲੋਂ? ਤਾਂ ਭਾਈ ਮਰਦਾਨਾ ਜੀ ਕਹਿੰਦੇ, ਬਾਬਾ ਜੀ ਮੈਂ ਉਹਨਾਂ ਕਮਲਿਆਂ ਨੂੰ ਕੀ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਵਾਪਸ ਮੁੜ ਗਏ ਕਿ ਮੈਂ ਉਹਨਾਂ ਨਾਲੋਂ ਜ਼ਿਆਦਾ ਅਮੀਰ ਹਾਂ, ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਹੈ, ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ, ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੈ? ਪਿੰਡ ਦੇ ਪੰਚਾਇਤ ਦੇ ਮੈਂਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੌਣ ਬਣਾਉਂਦਾ? ਲੋਕ, ਪਬਲਿਕ, ਜਨਤਾ। ਜਦੋਂ ਸਾਡੇ ਨਾਲ ਜਨਤਾ ਹੀ ਸਾਡੇ ਨਾਲ ਹੈ, ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋ ਸਕਦਾ ਜੀ? ਇਹ ਪੈਸਿਆਂ ਨਾਲ ਨਹੀਂ ਖਰੀਦੇ ਜਾ ਸਕਦੇ ਖਜ਼ਾਨੇ, ਇਹ ਦਿਲਾਂ ਤੇ ਮੋਹਰਾਂ ਲਾਉਣੀਆਂ ਪੈਂਦੀਆਂ। ਸੋ ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ।